ਅਸੀਂ ਕੱਪੜੇ ਰੱਖ ਕੇ ਵਾਪਸ ਹੀ ਮੁੜਨਾ ਅਸੀਂ ਦੋ ਜਣਿਆਂ ਨੇ ਤੇ ਇੱਥੋਂ ਹੀ ਮੈਨੂੰ ਕਹਿੰਦੇ ਬਹਿਓ ਬਹਿਓ ਫਿਰ ਇਹਦੇ ਨਾਲ ਗਾਲਾਂ ਕੱਢਣ ਲੱਗ ਪਿਆ ਦੇਖੋ ਵੀ ਇਹਨਾਂ ਨੇ ਪੂਰੀ ਤਰ੍ਹਾਂ ਹਮਲਾ ਕੀਤਾ ਸਾਡੇ ਅਜੇ ਮੇਰੇ ਹੱਥ ਦੇ ਹੀ ਦਸਤਾ ਵੱਜਾ ਜੀ ਇੱਕ ਕੱਪ ਇੱਥੇ ਵੱਜਾ ਇੱਥੇ ਵੱਜਾ ਜੀ ਹੈਂ ਵਾਈ ਭਾਈ ਨਾ ਜਿੰਨ ਕਰਨੀ ਚਾਹੀਦੀ ਨਾ ਮਾਰਿਆ ਥੋੜਾ ਘਰ ਬੁਲਾਇਆ ਕਰਨਾ ਚਾਹੀਦਾ कपड़े रख के वापस ही मुड़ना दो जणिआं ने इथों ही मैनूं कहिंदे बहिओ बहिओ फिर इहदे नाल गाला कढ़न लग पिआ मेरा सहुरा जी इथ ਅਸੀਂ ਕਿਹਾ ਵੀ ਚੱਲ ਅਸੀਂ ਜਾਂਦੇ ਹਾਂ ਠੀਕ ਹੈ ਜੀ ਇਹ ਤੁਰਨ ਲੱਗੇ ਸਾਨੂੰ ਕਹਿੰਦਾ ਬਹਿਆ ਬਹਿਆ ਬਾਹਰ ਮੁੰਡੇ ਖਲੋਤੇ ਸੀਗੇ ਇਹਨਾਂ ਨੇ ਝਾਰਾ ਮਾਰਿਆ ਮੁੰਡੇ ਆ ਗਏ ਬੈਠਾਂ ਸਾਡੇ ਗਲ ਪੈ ਗਏ ਕਾਪੇ ਮਾਰੇ ਤੇ ਦਸਤੇ ਸੀ ਉਹਨਾਂ ਕੋਲ ਅਜੇ ਮੇਰੇ ਹੱਥ ਦੇ ਹੀ ਦਸਤਾ ਵੱਜਾ ਜੀ ਇੱਕ ਕੱਪ ਇੱਥੇ ਵੱਜਾ ਇੱਥੇ ਵੱਜਾ ਜੀ ਰੰਜਿਤ ਜਾ ਸਾਨੂੰ ਤਾਂ ਇਸ ਚੀਜ਼ ਦਾ ਪਤਾ ਕੋਈ ਨਹੀਂ ਹਾਂਜੀ ਹਾਂਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਵੀ ਕੀ ਵੈਰ ਸਾਡੇ ਨਾਲ ਕਰਦੇ ਕਿ ਨਹੀਂ ਕਰਦੇ ਮੇਰਾ ਮਾਮਾ ਲੱਗਦਾ ਕਾਵਾ ਹੀ ਹੋਣੀ ਚਾਹੀਦੀ ਹਾਂਜੀ ਹਾਂਜੀ ਅਸੀਂ ਤਾਂ ਹਾਂਜੀ ਮਾਮਾ ਮੇਰਾ ਅਸੀਂ ਤਾਂ ਕਹਿੰਦੇ ਕੀ ਨਾਮ ਤੁਹਾਡਾ ਮੇਰਾ ਲਾਭ ਜੀ ਹਾਂਜੀ ਲਾਭ ਲਾਭ ਕੀ ਹੋਇਆ ਉੱਥੇ ਗੱਲਬਾਤ ਕਿੱਥੇ ਗੱਲ ਭਾਜੀ ਹੋਈ ਚੰਗਾਲੀ ਗੱਲ ਹੋਈ ਏ ਤੇ ਅਸੀਂ ਜਾਨੀ ਕਿ ਦੋ ਜਣੇ ਗਏ ਸਾਂ ਕੱਪੜੇ ਕੁੱਪੜੇ ਲੈ ਕੇ ਗਏ ਸਾਂ ਉਹਨਾਂ ਵਾਸਤੇ ਤੇ ਇੱਥੇ ਨਾ ਸਾਨੂੰ ਇਹ ਜਾਂਦੇ ਨੂੰ ਪਹਿਲਾਂ ਗਾਲਾਂ ਕੱਢਣ ਲੱਗ ਪਏ ਮੁੜ ਕੇ ਸਾਨੂੰ ਕਹਿੰਦੇ 10 ਮਿੰਟ ਬਹਿਓ ਤੁਸੀਂ ਤੇ ਅਸੀਂ ਚੱਲ ਬਹਿ ਗਏ ਉਹ ਜਵਾਕਾਂ ਨਾਲ ਪੰਗੇ ਜੇ ਲੈਣ ਲੱਗ ਪਿਆ ਤੇ ਇਦੋਂ ਬਾਅਦ ਮੁੰਡਿਆਂ ਨੂੰ ਇਸ਼ਾਰਾ ਮਾਰਿਆ 10 ਜਣੇ ਆਏ ਸਾਡੇ ਗਲ ਗਲੂ ਪੈ ਗਏ ਕਾਫੇ ਕੂਪੇ ਮਰੇ ਸਾਡੇ ਪਤਾ ਨਹੀਂ ਕੀ ਹਾਂਜੀ ਸੋਹਰਾ ਹਾਂਜੀ ਮੇਰਾ ਮਾਮਾ ਹੀ ਲੱਗਦਾ ਜੀ ਤੇ ਮੈਨੂੰ ਬਾਹਰ ਮੁੜ ਕੇ ਧੱਕੇ ਮਾਰਨ ਲੱਗ ਪਿਆ ਤੇ ਮੁੜ ਕੇ ਮੇਰੀ ਮਾਮੀ ਨੇ ਮੇਰੀ ਦੂਜਾ ਆਪਣੀ ਮੇਰੀ ਬੀਬੀ ਨੇ ਜੁੰਡੇ ਜੰਡੇ ਪੱਟੇ ਫਿਰ ਮੇਰੇ ਦਵਾਈ ਦੀ ਕੀਤੀ ਕੋਈ ਨਹੀਂ ਹਾਂ ਮੇਰੀ ਕੀਤੀ ਮੇਰੀ ਤੇ ਭਾਜੀ ਦੀ ਦਵਾਈ ਲੱਗਦਾ ਹਾਂ ਹਾਂਜੀ ਤੇ ਮੁੜ ਕੇ ਇਹਨੇ ਨਾ ਨਾਨੀ ਨੂੰ ਇਹਨੂੰ ਕਿਹਾ ਨਾਨੀ ਨੇ ਇਹਨੇ ਕਿਹਾ ਵੀ ਇਹ ਗੱਲ ਨਹੀਂ ਧੱਕੇ ਨਾ ਮਾਰ ਉਹਨੂੰ ਤੇ ਜੁੰਡੇ ਨਾ ਪੱਟ ਇੱਥੋਂ ਨਾ ਮੇਰੇ ਮਾਮੇ ਨੇ ਇਸ਼ਾਰਾ ਮਾਰਿਆ ਤੇ ਬੰਦੇ ਆਣ ਕੇ ਗਾਲ ਪੈ ਗਏ ਕਟਮਰ ਕਿਤੇ ਦੋਹਾਂ ਦੇ ਹਾਂਜੀ ਹਾਂਜੀ ਦੋਹਾਂ ਭਰਾਵਾਂ ਦੇ ਦੋਹਾਂ ਦੇ ਜੀ ਪਰ ਕੀ ਕਾਰਵਾਈ ਦੇ ਮਾਮਲੇ ਹਾਂਜੀ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਜੀ ਉਹਨੇ ਧੱਕੇ ਮਾਰ ਕੇ ਬਾਹਰ ਕੱਢਿਆ 10-15 ਜਣੇ ਸੀ ਤੇ ਅਸੀਂ 2 ਜਣੇ ਸਾਂ